लुधियाणा के लाडोवाल थाने के बाहर उस समय हंगामे भरिया माहौल हो गया जदों टिप्पर एसोसीएशन के वलों रोस जाहिर करते हुए प्रदर्शन किया गया ते कहा कि उन्होंने झूठे परचे किए गए हैं। दस दिए कि बीते दिन पिंड राजपुरा विच पुलिस ने इलीगल माइनिंग नू लेके छापेमारी की सी अते कुछ मशीनरी समेत टिप्पर तो इलावा नौजवानों ते मामला दर्ज किया। जनहितैषी टीआरपी नहीं खरीदते, भरोसा जीते हैं हम। ਜਿਹੜਾ ਅੱਜ ਅਸੀਂ ਪ੍ਰੋਟੈਸਟ ਕੀਤਾ ਹੈਗਾ ਮਤਲਬ ਭੁੱਲਰ ਸਾਹਿਬ ਸੀਗੇ ਜਦੋਂ ਸੀਪੀ ਸਾਹਿਬ ਸੀਗੇ ਅਸੀਂ ਉਹਨਾਂ ਨੂੰ ਮਿਲ ਕੇ ਮਤਲਬ ਰਿਕੁਐਸਟ ਕੀਤੀ ਸੀ ਕਿ ਕੋਈ ਵੀ ਮਤਲਬ ਪਰਚਾ ਹੁੰਦਾ ਮਾਈਨਿੰਗ ਦਾ ਮਤਲਬ ਪਹਿਲਾਂ ਇੱਕ ਵਾਰੀ ਮਤਲਬ ਮੌਕਾ ਦੇਖ ਕੇ ਮਤਲਬ ਪੂਰੀ ਇਨਵੈਸਟੀਗੇਸ਼ਨ ਕਰਕੇ ਮਤਲਬ ਪਰਚਾ ਦਿੱਤਾ ਜਾਵੇ ਅਤੇ ਉਹਨਾਂ ਨੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਤਾਂ ਬਰਾੜ ਸਾਹਿਬ ਨੇ ਆਪਣੇ DCP ਸਾਹਿਬ ਉਹਨਾਂ ਨੂੰ ਮਾਈਨਿੰਗ ਦੇ ਮਤਲਬ ਵਿੱਚ ਲਗਾਇਆ ਹੋਇਆ ਹੈਗਾ। ਮਤਲਬ ਕੋਈ ਵੀ ਪਰਚਾ ਹੋਣਾ ਸੀਗਾ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਰਚਾ ਹੋਣਾ ਸੀ। ਕੱਲ੍ਹ ਜਿਹੜਾ ਇਹਨਾਂ ਨੇ ਪਰਚਾ ਦਿੱਤਾ ਹੈਗਾ ਦੇਰ ਰਾਤ ਮਤਲਬ ਕੋਈ ਵੈਰੀਫਾਈ ਨਹੀਂ ਕੀਤਾ, ਕੁਛ ਨਹੀਂ ਕੀਤਾ ਹੈਗਾ, ਇੱਕਦਮ 100% ਮਤਲਬ ਝੂਠਾ ਪਰਚਾ ਹੋਇਆ ਹੈਗਾ। ਇਹ ਮਤਲਬ ਇਹ ਕਹਿੰਦੇ 2 ਵਜੇ 3 ਵਜੇ ਰਾਤ ਨੂੰ ਮਤਲਬ ਗੱਡੀਆਂ ਜਾਂਦੀਆਂ ਨੇ, ਮਤਲਬ ਹਰ ਪੁਆਇੰਟ ਦੇ ਉੱਤੇ ਜਾ ਕੇ ਗੱਡੀਆਂ ਖੜੀਆਂ ਹੋ ਜਾਂਦੀਆਂ ਨੇ ਔਰ ਮਤਲਬ ਜਦੋਂ ਉਹਨਾਂ ਦਾ ਨੰਬਰ ਸਿਰ ਆਉਂਦਾ ਹੈਗਾ ਡੰਪ ਤੋਂ ਗੱਡੀਆਂ ਭਰ ਕੇ ਆਉਂਦੀਆਂ ਨੇ, ਜਿਹਦੇ ਸਾਡੇ ਕੋਲ ਮਤਲਬ ਪ੍ਰੋਪਰ ਸਬੂਤ ਵੀ ਹੈਗੇ ਨੇ ਜਿਹੜੇ ਅਸੀਂ CP ਸਾਹਿਬ ਨੂੰ ਦਿੱਤੇ ਆ। ਅਸੀਂ ਮਤਲਬ ਇਹੀ ਮੰਗ ਕਰਦੇ ਹਾਂ ਮਤਲਬ CP ਸਾਹਿਬ ਤੋਂ ਕਿ ਮਤਲਬ ਕੋਈ ਵੀ ਅਗਰ ਪਰਚਾ ਹੁੰਦਾ ਇੱਦਾਂ ਪੂਰੀ ਮਤਲਬ ਜਾਂਚ ਹੋਣ ਤੋਂ ਬਾਅਦ ਹੀ ਪਰਚਾ ਹੋਣਾ ਚਾਹੀਦਾ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਤੁਸੀਂ ਕੱਲ੍ਹ ਵੀ ਮਿਲ ਕੇ ਮੁਲਾਕਾਤ ਕਰਕੇ ਆਏ ਹੋ CP ਸਾਹਿਬ ਦੇ ਨਾਲ? ਉਹਨਾਂ ਨੇ ਸਾਨੂੰ ਮਤਲਬ ਇਹੀ ਵਿਸ਼ਵਾਸ ਦਵਾਇਆ ਹੈਗਾ ਅਗਰ ਉੱਥੇ ਡੰਪ ਦੀ ਪਰਮਿਸ਼ਨ ਹੋਈ ਤਾਂ ਤੁਹਾਡਾ ਪਰਚਾ ਵੀ ਅਸੀਂ ਕੈਂਸਲ ਕਰਾਂਗੇ ਅਤੇ ਮਸ਼ੀਨਰੀ ਵੀ ਸਾਰੀ ਰਿਲੀਜ਼ ਕਰਾਂਗੇ। ਲੱਗਦਾ ਨਹੀਂ ਪਹਿਲਾਂ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਫਿਰ ਪਰਚਾ ਹੋਣਾ ਚਾਹੀਦਾ? ਇਹ ਸਰ ਮਤਲਬ ਅਸੀਂ ਤਾਂ ਪਹਿਲਾਂ ਹੀ ਮਤਲਬ ਭੁੱਲਰ ਸਾਹਿਬ ਸੀਗੇ, ਮਤਲਬ ਉਹਨਾਂ ਨੂੰ ਇਹੀ ਰਿਕੁਐਸਟ ਕੀਤੀ ਸੀ ਸਾਡੀ ਸੰਸਥਾ ਨੇ ਜਾ ਕੇ, ਇਸੇ ਕਰਕੇ ਉਹਨਾਂ ਨੇ ਬਰਾੜ ਸਾਹਿਬ ਨੂੰ ਮਤਲਬ ਇਸ ਮਤਲਬ ਮਹਿਕਮੇ ਦੇ ਵਿੱਚ ਮਤਲਬ ਉਹਨਾਂ ਦੀ ਮਤਲਬ ਜੁਆਇਨਿੰਗ ਕਰਾਈ ਸੀਗੀ। ਪਰ ਮਤਲਬ ਅੱਜ ਅਸੀਂ ਉਹਨਾਂ ਨੂੰ ਵੀ ਮਿਲ ਕੇ ਆਏ ਹਾਂ ਪਰ ਮਤਲਬ ਉਹਨਾਂ ਦੀ ਮਤਲਬ ਧਿਆਨ ਦੇ ਵਿੱਚ ਗੱਲ ਨਹੀਂ ਸੀਗੀ ਇਹ। ਹੁਣ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਨੇ ਉਹ ਦਿੱਤੇ ਨੇ? ਅਸੀਂ ਸਾਰੇ ਮਤਲਬ ਡਾਕੂਮੈਂਟ ਦੇ ਕੇ ਆਏ ਹਾਂ ਕਮਿਸ਼ਨਰ ਸਾਹਿਬ ਨੂੰ, ਮਤਲਬ ਉਹਨਾਂ ਉਹ ਕਹਿੰਦੇ ਵੈਰੀਫਾਈ ਕਰਾਂਗੇ, ਅਗਰ ਸਹੀ ਪਾਇਆ ਜਾਂਦਾ ਤਾਂ ਤੁਹਾਨੂੰ ਇਨਸਾਫ ਦਿੱਤਾ ਜਾਊਗਾ। ਅਗਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਮਤਲਬ ਵੱਡੇ ਤੌਰ ਤੇ ਧਰਨਾ ਪ੍ਰਦਰਸ਼ਨ ਕਰਾਂਗੇ, ਅਸੀਂ DC ਦਫ਼ਤਰ ਵੀ ਘੇਰਾਂਗੇ ਤੇ ਸਾਰੇ ਟਿੱਪਰ ਲੈ ਕੇ ਉੱਥੇ ਜਾਵਾਂਗੇ। ਅਗਰ ਸਾਡਾ ਹੱਲ ਨਾ ਹੋਇਆ ਅਸੀਂ ਸਾਰੇ ਟਿੱਪਰ ਦੀਆਂ ਚਾਬੀਆਂ ਉੱਥੇ ਜਮ੍ਹਾਂ ਕਰਾ ਕੇ ਆਵਾਂਗੇ। ਆਹ ਦੇਖੋ ਤੁਸੀਂ ਮਤਲਬ ਦੇਖ ਸਕਦੇ ਹੋ, ਦੇਖੋ ਖਾਲੀ ਟਿੱਪਰ ਸਾਰਾ ਜੰਗਾਲ ਲੱਗਿਆ ਹੋਇਆ ਮਤਲਬ ਖਾਲੀ। ਮੇਰਾ ਨਾਮ ਰਵਿੰਦਰ ਆ ਜੀ। ਮਸਲਾ ਵਾ ਜੀ ਇਹ ਆ, ਆਹ ਸਾਰੇ ਜਿੰਨੇ ਬੰਦੇ ਖੜੇ ਆ ਮੇਰੇ ਆਲੇ ਦੁਆਲੇ ਇਹ ਸਭ ਯੂਨੀਅਨ ਵਾਲੇ ਆ, ਲੁਧਿਆਣੇ ਦੀ ਸਾਡੀ ਰੇਤੇ ਦੀ ਯੂਨੀਅਨ ਬਣੀ ਹੋਈ ਆ ਟਿੱਪਰਾਂ ਦੀ। ਹੁਣ ਗੱਲ ਕੀ ਆ, ਆਪਣੇ ਸਰਕਾਰ ਦੀਆਂ ਕਈ ਖੱਡਾਂ ਦੀ ਆਪਣਾ ਡੰਪ ਦੀ ਪਰਮਿਸ਼ਨ ਪਾਸ ਕੀਤੀ ਹੋਈ ਆ, ਸਰਕਾਰ ਨੇ ਆਪਣੇ ਡੰਪ ਕੀਤੇ ਹੋਏ ਆ। ਡੰਪ ਤੁਸੀਂ ਬਕਾਇਦਾ ਜਾ ਕੇ ਦੇਖ ਸਕਦੇ ਹੋ ਜਿੱਥੇ ਡੰਪ ਦੇ ਢੇਰ ਲੱਗੇ ਹੋਏ ਰੇਤੇ ਦੇ। ਹੁਣ ਉੱਥੇ ਸਰਕਾਰ ਬੁਲਾਉਂਦੀ ਆ, ਭਰਾਉਂਦੀ ਆ ਗੱਡੀਆਂ, ਪੇਮੈਂਟ ਲੈਂਦੀ ਆ ਅਤੇ ਪਰਚੀ ਦਿੰਦੀ ਆ, ਜਿਹੜੀਆਂ ਪਰਚੀਆਂ ਸਾਨੂੰ ਨਾਲ ਦਿੱਤੀਆਂ ਜਾਂਦੀਆਂ ਆ। ਇਹਦੇ ਕਿਊ ਆਰ ਕੋਡ ਵੀ ਹੈਗਾ ਵਾ, ਕਿਊ ਆਰ ਚੈੱਕ ਕਰ ਸਕਦੇ ਹੋ ਵੀ ਇਹਦੇ 'ਚ ਨੰਬਰ ਬੋਲਦਾ ਸਰਕਾਰੀ ਕਿ ਨਹੀਂ ਬੋਲਦਾ। ਔਨ ਕਰਨਾ ਤੁਸੀਂ ਜੀ, ਕੈਮਰਾ ਔਨ ਕਰਨਾ, ਇਹ ਕਿਊ ਆਰ ਚੱਟਣਾ। ਗੱਡੀਆਂ ਉੱਥੇ ਬੁਲਾ ਕੇ ਇਹ ਕਹਿੰਦੇ ਆ ਵੀ ਤੁਸੀਂ ਰਾਤ ਨੂੰ ਗਏ ਹੋ। ਸਰ ਪੂਰੇ ਪੰਜਾਬ 'ਚ ਖੱਡਾ ਬੰਦ ਨੇ, ਡਰਾਈਵਰ ਨੂੰ ਆਪਣਾ ਲਾਲਚ ਹੁੰਦਾ ਹੈ ਵੀ ਮੈਂ ਜਿੰਨੀ ਜਲਦੀ ਜਾਊਂਗਾ, ਜਿੰਨੀ ਜਲਦੀ ਨੰਬਰ ਲੱਗੂਗਾ ਉਨੀ ਜਲਦੀ ਗੱਡੀ ਭਰੂਗੀ। ਡਰਾਈਵਰ ਵਿਚਾਰੇ ਭੁੱਖੇ ਪਾਣੇ ਰਾਤ ਨੂੰ ਜਾ ਕੇ ਨੰਬਰ ਲਾ ਕੇ ਬਹਿ ਜਾਂਦੇ ਆ ਅਤੇ ਸਵੇਰੇ ਗੱਡੀਆਂ ਲੋਡ ਕਰਾ ਕੇ ਆਪਣਾ ਨਿਕਲ ਜਾਂਦੇ ਆ। ਤੁਸੀਂ ਪਤਾ ਕਰ ਸਕਦੇ ਹੋ ਤੀਜੇ ਦਿਨ ਵਾਰੀ ਆਉਂਦੀ ਆ ਗੱਡੀ ਦੀ, 3-3 ਦਿਨ ਡਰਾਈਵਰ ਖੜ੍ਹੇ ਰਹਿੰਦੇ ਆ ਉੱਥੇ। ਇਹਨਾਂ ਨੇ ਕੀ ਕੀਤਾ ਜੀ, ਰਾਤ ਗਏ ਆ ਪੁਲਿਸ ਪਾਰਟੀ ਉੱਥੇ ਜਾ ਕੇ ਗੱਡੀਆਂ, ਖਾਲੀ ਗੱਡੀਆਂ ਡੰਪ 'ਤੇ ਖੜੀਆਂ ਚੱਕ ਲਿਆਂਦੀਆਂ। ਆ ਗੱਡੀਆਂ ਮੇਰੇ ਮਗਰ ਖੜੀਆਂ ਆ, ਰੋਡ 'ਤੇ 3 ਗੱਡੀਆਂ ਪਾਈਆਂ, 3ੋਂ ਗੱਡੀਆਂ ਖਾਲੀ ਖੜੀਆਂ ਵਾ, ਚੈੱਕ ਕਰ ਸਕਦੇ ਹੋ। ਨਜਾਇਜ਼ ਝੂਠਾ ਪਰਚਾ ਦਿੱਤਾ ਆ। CP ਸਾਹਿਬ ਨੂੰ ਮਿਲਿਆ? CP ਸਾਹਿਬ ਨੂੰ ਮਿਲ ਕੇ ਆਇਆ, ਉਹਨਾਂ ਨੇ ਕਿਹਾ ਵਾ ਵੀ ਮੈਂ ਐਕਸਿਨ ਸਾਹਿਬ ਤੋਂ ਮਾਈਨਿੰਗ ਜਿਹੜਾ ਡਿਪਾਰਟਮੈਂਟ ਆ ਉੱਥੋਂ ਕਲੀਅਰ ਕਰੂੰਗਾ ਵੀ ਜੇ ਉੱਥੇ ਡੰਪ ਦੀ ਪਰਮਿਸ਼ਨ ਹੋਈ ਮੈਂ ਪਰਚਾ ਕੈਂਸਲ ਕਰੂੰਗਾ। ਉਹਨਾਂ ਨੇ ਸਾਨੂੰ ਅਨੁਸ਼ਾਸਨ ਦਵਾਇਆ ਹੈ, ਠੀਕ ਆ, ਪਰ ਹਾਲੇ ਤੱਕਰ ਕੋਈ ਇਹੋ ਜਿਹੀ ਕਾਰਵਾਈ ਨਹੀਂ ਹੋਈ। ਐਕਸਿਨ ਸਾਹਿਬ ਨਾਲ ਗੱਲ ਹੋਈ ਹੈ? ਐਕਸਿਨ ਸਾਹਿਬ ਨੇ ਕਿਹਾ ਵਾ ਕਿ ਮੈਂ ਲੈ ਕੇ ਦਊਂਗਾ, ਮੈਂ ਲੈ ਕੇ ਦੇਣ ਨੂੰ ਤਿਆਰ ਹਾਂ। ਉਹਨੇ ਵੀ ਗੱਲ ਕਹੀ ਹੈ ਸਾਨੂੰ ਵੀ ਮੈਂ ਲੈ ਕੇ ਦੇਣ ਨੂੰ ਤਿਆਰ ਹਾਂ ਵੀ ਡੰਪ ਦੀ ਉੱਥੇ ਪਰਮਿਸ਼ਨ ਹੈਗੀ ਆ, ਜਿੱਥੇ ਗੱਡੀਆਂ ਫੜੀਆਂ ਉੱਥੇ ਡੰਪ ਹੈਗਾ ਆ। ਤੁਸੀਂ ਮਾਈਨਿੰਗ ਡਿਪਾਰਟਮੈਂਟ ਤੋਂ ਪਤਾ ਕਰ ਸਕਦੇ ਹੋ ਇਹ ਚੀਜ਼ ਬਾਰੇ। ਅਸੀਂ ਸਰ ਕੋਈ ਝੂਠੇ ਨਹੀਂ ਹੈਗੇ। ਮੰਗ ਸਰ ਇਹੀ ਆ ਵੀ ਸਾਡੇ ਜਿਹੜੇ ਨਜਾਇਜ਼ ਬੰਦੇ ਫੜ ਕੇ ਅੰਦਰ ਦਿੱਤੇ ਆ, ਜਿਨ੍ਹਾਂ 'ਤੇ ਝੂਠਾ ਪਰਚਾ ਕੀਤਾ, ਉਹ ਪਰਚਾ ਕੈਂਸਲ ਕੀਤਾ ਜਾਵੇ, ਬੱਚੇ ਆਪਣੇ ਆਪਣੇ ਘਰੇ ਭੇਜੇ ਜਾਣ, ਉਹਨਾਂ ਦਾ ਫਿਊਚਰ ਖਰਾਬ ਹੋਣਾ। ਸਰ ਤੁਸੀਂ ਪੈਸੇ ਭਰ ਕੇ ਮਤਲਬ ਜਿਹੜੇ ਉੱਥੋਂ ਭਰਦੇ ਰੇਤਾ ਭਰਦੇ? ਭਾਜੀ ਪੈਸੇ ਦੇ ਕੇ ਭਰਦੇ ਆ, ਸਰਕਾਰ ਦੀ ਬਕਾਇਦਾ ਪਰਚੀ ਲੈ ਕੇ ਆਉਂਦੇ ਆ। ਕਹਿਣ ਦਾ ਮਤਲਬ ਧੱਕਾ ਕਿਹਦੇ ਵੱਲੋਂ ਕੀਤਾ ਜਾ ਰਿਹਾ? ਧੱਕਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਸਰ, ਨਜਾਇਜ਼ ਧੱਕਾ ਕੀਤਾ ਜਾ ਰਿਹਾ, ਪੁਲਿਸ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ। ਕੀ ਕਰਦੇ ਹੋ ਭਾਜੀ? ਮੰਗ ਸਰ ਇਹੀ ਆ ਵੀ ਝੂਠੇ ਪਰਚੇ ਬੰਦ ਕਰਨ, ਜਿਹੜੇ ਜਵਾਕਾਂ ਦੇ ਪਰਚਾ ਦਿੱਤਾ ਆ ਪਰਚਾ ਕੈਂਸਲ ਕਰਕੇ ਉਹਨਾਂ ਨੂੰ ਘਰੇ ਭੇਜਣ ਆਪਦੇ ਆਪਦੇ, ਉਹਨਾਂ ਦੇ ਫਿਊਚਰ ਕਿਉਂ ਖਰਾਬ ਕਰਨ ਡਏ ਆ? ਫਿਰ ਕਹਿੰਦੇ ਆ ਜਵਾਕ ਗੈਂਗਸਟਰ ਬਣਦੇ ਆ, ਜਵਾਕ ਨਸ਼ਿਆਂ 'ਤੇ ਲੱਗਦੇ ਆ, ਅੰਦਰ ਜਾ ਕੇ ਬੰਦਾ ਦੱਸੋ ਕਿਹੜੇ ਚੰਗੇ ਕੰਮ ਕਰੂਗਾ। ਅਮਨਦੀਪ ਸਿੰਘ ਜੀ। ਅਮਨ ਜੀ ਕੀ ਮਾਮਲਾ ਕੀ ਹੋਇਆ? ਤੁਸੀਂ ਅੱਜ ਟਿੱਪਰ ਸਾਡੇ ਟਿੱਪਰ ਰਾਤ ਨੂੰ ਜੀ ਗੱਡੀਆਂ ਭਰਨ ਚੱਲ ਜਾਂਦੇ ਜੀ ਉੱਥੇ,
ठीक है, ड्राइवर जिहड़े भाई जी बाहर लेने वो तो घर ही जाते नहीं जी, जिहड़े परदेसी आ जिहड़े जलंधर तो आया जी मुंडा, वो जी अपना रात को जाके नंबर लवा लेंगे ने टाइम सिर जी के, ताकि सवेरे गड्डी भर जाए नंबर लग जाए, अदरवाइज दो दो तीन तीन दिन भी नंबर गड्डिया का नहीं आता जी। खड़ी जगह जी रजापुर कहें जी, पिंड बगर कागजा च हो रहा है जी, वो तो 2 किलोमीटर बाहर जी गड्डिया खड़िया ही, वैसे तो 2 किलोमीटर बाहर गड्डिया जी, गड्डिया ली चैक कर सकते उतो किलोमीटर किन्ने ने जी, रोड से बाहर गड्डिया खड़िया कच्ची ली शुरू होने तो पहला मेन रोड से जी, सारे हाथ जोड़ के बेनती की इंक्वायरी की जाए तो दुध का दुध ये पानी का पानी किया जाए, बहुत औखे जी ड्राइवर बहुत औखी रोटी कमाते जी। उन्होंने सानू आश्वासन दवाया जी इस चीज़ की इंक्वायरी करा कि जे एक्सन साहब या डी सी एस डी ओ साहब दसणगे कि जी उ डंप की परमिशन हैगी है जी, तो उस चीज़ को देख के वेरीफाई करके रिली गड्डिया रिलीज़ की जाएंगी तो ड्राइवर रिलीज़ किए जाएंगे, सी पी साहब ने यह आश्वासन दिता जी सानू। अभी प्रोटेस्ट करते हैं जी अज, हाँ हूँ पता लगे जी मुंडिया ने परचा देता होया जी, तो मुंडे मुलाजे वास्ते भेजन लगे जी, तो सानू रात में लेट पता लगना होने करके सी पी साहब को जो असं मिल के आए तो उस तो बाद लेट पता लगे जी ये गल की परचा देता जी मुंडिया। असी कहने जी ये इंक्वायरी करके जो एक्सन साहब कहें जी उ डंप की परची तो खाली गड्डी खड़ी करने का आर्डर हैगा जी, इदा की गल तो नहीं कि जी इतने भरन जाएंगे तो ही भरन गड्डिया, कई ड्राइवर रात को जाते हैं अपनी गड्डिया भरन, कई नहीं जाते, असी एक दिन पहला भी गड्डी भरी है उसकी भी परची हैगी साढ़े को, उस डंप तो भरी है सरकार की गवर्नमेंट की परची है, इनू क्यूआर कोड को स्कैन करके तुसी सिर्फ कैमरा ऑन करना सर, इतने सिर्फ कैमरा ऑन करना परची अपने आप बोलन लग जाती जी, जे असी झूठे हो गए तो एक दिन पहला भी चलते कहने 30 तरीक कल दिता जी शाम उन्होंने दिता जी, उस तो बाद उन्होंने कहा जी तुम सच्चे होवोगे तो खाल पर का हल किया जाऊगा। यदि आपको हमारी ये वीडियो पसंद आई तो हमारे चैनल को लाइक शेयर और सब्सक्राइब करें, ऐसी और अपडेट्स देखने के लिए बेल आइकॉन जरूर दबाएं।